ਅੱਬਾ ਕੀ ਗੱਲ ਹੈ ਕੱਟਾ ਮੰਗਵਾ ਕੱਟੇ ਦਾ ਗੋਸ਼ਟ ਮੰਗਵਾ ਤੇ ਅਸੀਂ ਪਕਾ ਕੇ ਖਾਵੀਏ ਉਹ ਬੇਵਕੂਫਾ ਅੱਗੇ ਮਕਾਨ ਪਾਏ ਨੇ ਸਾਰੇ ਪੈਸੇ ਮੁੱਕ ਗਏ ਨੇ ਐਨੇ ਵੇਖੇ ਨਾ ਕਿਹੜੀ ਸੋਹਣੀ ਮੇਰੀ ਚੰਨਾ ਵਰਗੀ ਭੈਣ ਪਰੇਸ਼ਾਨ ਹੋਈ ਬੈਠੀ ਹੈ ਭੁੱਖ ਤੋਂ ਉਹ ਤਾਂ ਪੂਰੀ ਫੋਟ ਹੋਣ ਵਾਲਾ ਬਣਿਆ ਬੈਠਾ ਭੁੱਖ ਤਿੰਨ ਦਿਨ ਹੁੰਦੇ ਭੈਣ ਇੱਕ ਮੁਲਕਾ ਹੀ ਇੱਕ ਨਿਵਾਲੇ ਹੀ ਗਲੇ ਚ ਨਹੀਂ ਗਿਆ ਉਹ ਗੱਲ ਸੁਣੋ ਪੈਸੇ ਤਾਂ ਸਾਰੇ ਮੁੱਕ ਗਏ ਨੇ ਲੇਕਿਨ ਗੱਲ ਵੇ ਅੱਲਾ ਬੜਾ ਵੱਡਾ ਹੈ ਕੋਈ ਨਾ ਕੋਈ ਇੰਤਜ਼ਾਮ ਕਰ ਦੇਗਾ ਸਾਡੇ ਗਰੀਬਾਂ ਦਾ ਅਸਲਾਮ ਅਲੈਕੁਮ ਖੁਸ਼ੀਆਂ ਵੀਰਾ ਵਾਲੇਕੁਮ ਸਲਾਮ ਕੀ ਹਾਲ ਹੈ ਮੇਰਾ ਸੋਹਣਾ ਵੀਰਾ ਕੀ ਹਾਲ ਹੈ ਬੈ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਤੂੰ ਇੱਧਰ ਆ ਜਾਂਦੇ ਹੋ ਲਿਆ ਸੋ ਜੀ ਹੋਰ ਸੁਣਾਓ ਠੀਕ ਠਾਕ ਜੇ ਅਲਹਮਦੁਲਿਲਾ ਖੁਸ਼ੀਆਂ ਵੀਰਾ ਬੇਲ ਮੰਗਿਆ ਮਿਹਰਬਾਨੀ ਭਾਈ ਮੁੱਦਾ ਧੋ ਕੇ ਇਹ ਖੁਸ਼ੀਆਂ ਵੀਰਾ ਨੂੰ ਮਿਲਣੇ ਨਹੀਂ ਆ ਵਾ ਵਾ ਬੜਾ ਦਿਲ ਕੱਢਿਆ ਪੁੱਤਰਾ ਨੂੰ ਨਾ ਲਾਂਦਾ ਮੈਂ ਕਿਹਾ ਚੱਲ ਤੁਹਾਡੇ ਚਾਚੇ ਨੂੰ ਮਿਲ ਲਾ ਵੀ ਇਹ ਅੱਛਾ ਅੱਛਾ ਅੱਜ ਬੜਾ ਦਿਲ ਕੱਢਿਆ ਕਿਰਲੀ ਭਰਾ ਆ ਯਾਰ ਮਾਂ ਕੇ ਮੇਰੇ ਰਲ ਦੇ ਜੰਮਣ ਵਾਲਾ ਵੀਰਾ ਹੈ ਅੱਜ ਬੜੀ ਮੁੱਦਤ ਹੋ ਗਈ ਮਿਲਣ ਨੂੰ ਮੈਂ ਕਿਹਾ ਵੀਰਾ ਨੂੰ ਮਿਲ ਲਾ ਵਾ ਨਾਲ ਮੇਰੇ ਦੋ ਨਿੱਕੇ ਨਿੱਕੇ ਪੋਤਰੀ ਆਣ ਨਾਲ ਤੇਰੇ ਪਿਤਰੇਰ ਨੂੰ ਹੀ ਆਉਂਦਾ ਹੈ ਅੱਛਾ ਅੱਛਾ ਤੇ ਤਰੀਮ ਜਿਹੜੀ ਮੁੱਖੋ ਦੀ ਦੀ ਸੁਣੀ ਹੈ ਨਾ अच्छा अच्छा अल्लाह की कसम है क्या बात है जिस घर गया उसे को मुक्को सालन बड़ा दी है कढ़ाई दे वट कर दें दी है ते उस दे हाथ दा सालन जेड़ा बंदा खावे मोड़ के उसे कोली खंदा होर की वाह 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 सुभान अल्लाह इयो जे खाना कभी ऐसी होटल तो नहीं खाता आए कमाल कर दें दी है मैं किदा जावणा है मैं नहीं गया मां खटाले मुक्को दे हाथ दा खाना तो खा लवी है हयातियां हयातियां गल है वे ਐ ਮੁਖ ਮੇਰੀ ਧੀ ਹੈ ਤੇ ਮੁਖੋ ਐ ਮੇਰਾ ਭਰਾ ਹੈ ਤੇ ਐ ਦੋ ਮੇਰੇ ਭਤੀਜੇ ਨੇ ਤੇ ਉਹ ਮੇਰੇ ਪਤਰੇੜ ਦਾ ਪੁੱਤਰ ਹੈ ਯਾਨੀ ਕਿ ਉਹ ਵੀ ਭਤੀਜਾ ਹੀ ਹੋਇਆ ਅੱਛਾ 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 ਤੇ ਤੁਹਾਨੂੰ ਕਿਨੇ ਦੱਸਿਆ ਕਿ ਮੈਂ ਇੰਨਾ ਅੱਛਾ ਖਾਣਾ ਬਣਾ ਲੈਣੀ ਆ ਪੂਰੀ ਬਿਆਦਰੀ ਦੇ ਵਿੱਚ ਮਸ਼ਹੂਰ ਹੋਈ ਖਲੇ ਮੁਖੋ ਜੀ ਵਾ ਸਾਲਣ ਬਣਾਉਂਦੀ ਐ ਕੋਈ ਬਣਾ ਸਕਦਾ ਹੀ ਨਹੀਂ ਇਹ ਤਾਂ ਗੱਲ ਹੋਈ ਨਾ ਮੇਰੀ ਭੈਣ ਖਾਣਾ ਇੰਜ ਬਣਾਉਂਦੀ ਐ ਘਟ ਵਾਟ ਲੈਂਦੀ ਐ ਅੱਬਾ ਕੀ ਗੱਲ ਇਹ ਵੀ ਖਾਣਾ ਖਾਵਣ ਆਏ ਬੈਠੇ ਨੇ ਉਹ ਆਪਣੇ ਘਰ ਤੇ ਕਾਸ਼ ਹੀ ਕਾਇ ਨਹੀਂ ਹੋ ਕੀ ਕਰੀਏ ਲਖ ਦਿਲਾਣਾ ਉਹ ਚੁੱਪ ਕਰਕੇ ਬਹਿ ਵੇਖ ਕੁਝ ਨਾ ਕੁਝ ਕਰਨੇ ਆਪਾਂ ਚੁੱਪ ਕਰਕੇ ਬਹਿ ਕਿੱਟਾ ਬਣਵਾ ਵੀ ਯਾਰ ਚੁੱਪ ਤੇ ਕਰ ਬਸ ਜੀ ਅੱਲਾ ਦਾ ਸ਼ੁਕਰ ਹੈ ਇਹ ਤੇ ਆਪਣੇ ਆਪਣੇ ਹੱਥ ਦਾ ਜ਼ਾਇਕਾ ਹੁੰਦਾ ਹੈ ਆਪਣੇ ਆਪਣੇ ਹੱਥ ਦੀ ਬਰਕਤ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੇਰੀ ਧੀ ਖਾਣਾ ਬਹੁਤ ਅੱਛਾ ਪਕਾਉਂਦੀ ਹੈ ਇਹ ਦੱਸੋ ਖਾਓਗੇ ਕੀ ਕੀ ਦਾਸ ਫੋਨ ਕੇ ਸਖਾਲ ਲਈ ਚਾਚੇ ਦੇ ਪਾਸ ਖੋਲ ਕੇ ਆਖ ਚਾਚਾ ਜੀ ਤੁਸੀਂ ਕੱਟਾ ਬਣਵਾ ਲਵਿਆ ਵਿੱਚ ਆਲੂ ਜ਼ਰੂਰ ਪਾਵਣੇ ਅੱਛਾ ਅੱਛਾ ਕਿਉਂ ਕੋਈ ਸਾਰੀ ਜ਼ਿੰਦਗੀ ਆਲੂ ਖਾਦੇ ਨੂੰ ਫਿੱਟ ਹੋਏ ਪੈਣ ਅੱਛਾ ਤੂੰ ਕੀ ਖਾਣਾ ਹੈ ਉਹ ਮੋਟੂ ਪੋਤਰਾ ਹਾਂਜੀ ਅੱਬਾ ਚਾਚੇ ਕੋਲ ਆਇਆ ਬੈਠਾ ਹਾਂਜੀ ਹਾਂਜੀ ਹੁਣ ਤੇਰੀ ਕਿਹੜੀ ਫਰਮਾਇਸ਼ ਹੋ ਤਾਂ ਕੱਟਾ ਖੰਦਾ ਤੋ ਕੇਸ਼ਾ ਖਾਵਣੀ ਓਏ ਅੱਬਾ ਦੇਸੀ ਘਿਓ ਦੇ ਵਿੱਚ ਮੱਛੀ ਹੋਵੇ ਹੈ ਦੇਸੀ ਘਿਓ ਦੇ ਵਿੱਚ ਮੱਛੀ ਹੋਵੇ ਅੱਛਾ ਅੱਛਾ ਓ ਮੀਆਂ ਮਲੰਗੀ ਪੋਤਰਾ ਜੀ ਜੀ ਪਤੋ ਕੇਸ਼ਾ ਖਾਉਣੀ ਆ ਚਾਚੇ ਕੋਲ ਆਇਆ ਬੈਠਾ ਹੈ ਬਸ ਜੀ ਜ਼ਰਦਾ ਚਾਵਲ ਹੋਵੇਂ ਵਿੱਚ ਛਵਾਰੇ ਹੋਵੇਂ ਬਦਾਮ ਹੋਵੇਂ ਹਾਏ ਹਾਏ ਅੱਛਾ ਇਹ ਤੇ ਹੋਗਾ ਕਿਰਲੀ ਭਰਾ ਤੂੰ ਕੀ ਖਾਏਗਾ ਓ ਖੁਸ਼ੀਆ ਵੀਰਾ ਮੈਂ ਤਾਂ ਨਿੱਕੇ ਨਿੱਕੇ ਸੇਰਾ ਲੈ ਬਟੇਰੇ ਕਮਸਾ ਬਟੇਰੇ ਓਏ ਬਾ ਉਹ ਥੋੜਾ ਜਿਹਾ ਛੋਟਾ ਸੇਰ ਕਰ ਐਡਾ ਤਾਂ ਤੇਰਾ ਏ ਚੁੱਪ ਕਰ ਮੈਂ ਫਰਮਾਇਸ਼ ਆਪਣੀ ਪੂਰੀ ਕਰਾਵਣੀ ਹੈ ਤੈਨੂੰ ਕੇ ਬਟੇਰੇ ਨਿੱਕੇ ਨਿੱਕੇ ਸੇਰਾ ਲੈ ਅੱਛਾ ਹੋਰ ਕੀ ਚੀਜ਼ ਹੋਵੇ ਉੱਤੋਂ ਦੋ ਸੋਡਾ ਮੈਨੂੰ ਪੀਵਾਵੇ ਦੋ ਗਿਲਾਸ ਜਿਹੜਾ ਮੱਛੀ ਖਾਦੀ ਬੈਠੋ ਸੀ ਉਹਨੂੰ ਪੀਵਾ ਅੱਛਾ ਅੱਛਾ ਨਾ ਟੈਨਸ਼ਨ ਲਓ ਜੀ ਹਰ ਸ਼ੈ ਤੁਹਾਨੂੰ ਪੱਕੀ ਪਕਾਈ ਮਿਲ ਜਾਏਗੀ ਉਹ ਵਿਰਾਹ ਦੇ ਘਰ ਜੀ ਆਇਆ ਬੈਠਾ ਗੱਲ ਸੁਣ ਮੇਰਾ ਪੁੱਤਰ ਜੀ ਅੱਬਾ ਇਹ ਮੇਰਾ ਸੱਕਾ ਭਰਾ ਹੈ ਤੇ ਨਾਲ ਮਹਿਮਾਨ ਵੀ ਹੋਏ ਮਹਿਮਾਨ ਅੱਲਾ ਦੀ ਰਹਿਮਤ ਹੁੰਦੀ ਹੈ ਬਿਲਕੁਲ ਜਿਹੜਾ ਜਿਹੜਾ ਨੇ ਸਮਾਨ ਆਖਿਆ ਨਾ ਉਹ ਲਾਇਆ ਬਾਜ਼ਾਰੋਂ ਅੱਛਾ ਤੇ ਪਕਾਈਏ ਆ ਨਾਲ ਬੂਹੇ ਦੇ ਨਾਲ ਦੁਕਾਨ ਹੈ ਅੱਬਾ ਪਤਾ ਹੈ ਜਾ ਲੈ ਸਾਰਾ ਸਮਾਨ ਅੱਛਾ ਲੈ ਵਾ ਐਵੇਂ ਆਵੀਂ ਐਵੇਂ ਐਵੇਂ ਆ ਅੱਬਾ ਟੈਨਸ਼ਨ ਨਾ ਲਓ ਜੀ ਖਾਣੇ ਦੀ ਖਾਣਾ ਆਏ ਹਾਏ ਮੁੱਖੋ ਮੇਰੀ ਧੀ ਉੱਠ ਤੇ ਚੁੱਲਾ ਬਾਲ ਤੇ ਤੂੰ ਇਹਦੇ ਨਾਲ ਪਿਆਸ ਪਿਉਸ ਘਟਾ ਖਾਣਾ ਐਸਾ ਪਕਾਣਾ ਕਿ ਯਾਦ ਰੱਖਣ ਸਾਰੀ ਜ਼ਿੰਦਗੀ ਬਸ ਅੱਜ ਮੈਂ ਇਹੋ ਜਿਹਾ ਖਾਣਾ ਪਕਾਵਾਂਗੀ ਕਿ ਸਾਰੀ ਜ਼ਿੰਦਗੀ ਇਹ ਲੋਕ ਯਾਦ ਰੱਖਣ ਮੁੱਖੋ ਦੀ ਜ਼ਿੰਦਾਬਾਦ ਮੁੱਖੋ ਦੀ ਜ਼ਿੰਦਾਬਾਦ ਮੁੱਖੋ ਦੀ ਜ਼ਿੰਦਾਬਾਦ ਬਸ ਕਰੋ ਕੋਈ ਇਲੈਕਸ਼ਨ ਲੜਦੀ ਪਈ ਹੈ ਚੱਲ ਮੈਂ ਨਾਲ ਆ ਕੇ ਮੇਰੀ ਮਦਦ ਕਰਾ ਤੁਸੀਂ ਖੁੱਲੇ ਹੋ ਜਾਓ ਜੀ ਇੱਧਰ ਆ ਜਾਓ ਉਧਰ ਆ ਜਾਓ ਆਬਾ ਅੱਜ ਯਾਦ ਕਰੋਗੇ ਐਸਾ ਖਾਣਾ ਖਾਓਗੇ ਉਹ ਮਿਲੰਗੀ ਭਰਾ ਮੈਂ ਤਰੇ ਡੇ ਰੋਟੀ ਕੋਈ ਨਹੀਂ ਖਾਦੀ ਤੇ ਮੈਂ 25 ਰੋਟੀਆਂ ਖਾਸਾ 25 ਉਹ ਮੇਰਾ ਹੀ ਉਹ ਹਾਲ ਹੈ ਮੈਂ 50 ਰੋਟੀ ਖਾਸਾ ਨਾਲੇ ਤਿੱਤਰ ਖਾਸਾ ਬਟੇਰੇ ਖਾਸਾ ਚਾਵਲ ਖਾਸਾ ਓਕੇ
ओ पोतर छोटू कट्टा टिका के खावे। ओए अब्बा तू परेशान ना हो, मैं टिका दिखासा, पर बटेरे दी गिच्ची तो आ जांदी करनी है। ओ तू फिकर हो जा, गिच्ची जाने तो तेरा पियो हो जाने। ओए 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 कहारी पाई खड़ोतेन। होय की होया ओ दुकान वाला जोई मांगा कर दिता है। की कहंदा जे मांगो हो गया हुन होया की है 200 रुपया खोट गया जोई चो। मैंने पहले दसया है कितनी भला 200 खुला वदाई 200 ओए होए होए मेरा तो दिमाग खराब कर दिता ने। हुन की होया है? की होया है? रेट लिस्ट ते होर लिखियो है। हाँ। तो बशीरा दा काम वेख, इतना महंगा गोश्त कीती बेटा मैं तो लड़ के आ गईया। होया की है? ओ गोश्त महंगा कर दिता सु। फिर की 500 रुपया खोट गया गोशा दितो। अच्छा जी जा कितनी भरा 500 होएगा तेरे को? गरीब दी तो भाई कोई नहीं। खाने दे टेंशन नहीं लेनी तुसी, खाना बहुत अच्छा है। मेरा 500 ला एला गोश्त ते 500 जी हां गोल गोल बोटियां लेके आनी नहीं लाया क्यों सा अब्बा गरीब दी तवाई का नहीं इतनी महंगाई कीती बैठे ना। चलो हुन लेके आ गोश्त। हुन लेके आना एक नंबर गोश्त लेके आवी। एक नंबर लेके आ सा। हां किसली भरा खाना मेरी थी एडा अच्छा बनांदी है ना। तेनु दसा एक गल, मैं लोरो आए मेरे मेहमान, ओना ने खाना खादा आए हाय 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 हाली तक फोन करते ने लोरो। ओ खुशिया भरा ਇਹ ਤਰੀਫ ਸੁਣ ਕੇ ਤਾਂ ਮੈਂ ਥੀ ਦਿਆ ਤਾਂ ਪੱਕੋ ਆ ਸਾਲਨ ਖਾਊਂਗਾ। ਹਾਏ 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 ਖਾਣਾ ਖਾਓਗੇ ਸਾਰੀ ਜ਼ਿੰਦਗੀ ਯਾਦ ਰੱਖੋਗੇ, ਐਸਾ ਖਾਣਾ ਤੁਸੀਂ ਜ਼ਿੰਦਗੀ ਚ ਨਹੀਂ ਖਾਦਾ ਹੋਣਾ। ਉਹ ਸਾਡੀ ਦੀ ਓਏ ਆ ਲਿਓ। ਕੀ ਹੋਇਆ ਅੱਬਾ ਇਹ ਘਰ ਵੇਚ, ਅਸਾਂ ਇਲਾਕੇ ਚ ਨਹੀਂ ਰਹਿਣਾ, ਇੱਥੇ ਰਹਿਣਾ ਹੀ ਨਹੀਂ। ਹੁਣ ਕੀ ਮੌਤ ਪੈ ਗਈ? ਉਹ ਪਿਛਲਾ ਦੌਰ ਭੁੱਲ ਜਾਓ ਜਿਹਦੇ ਨਾਲ ਸਸਤੀਆਂ ਚੀਜ਼ਾਂ, ਉਹ ਹੁਣ ਹਰ ਸ਼ੈ ਨੂੰ ਅੱਗ ਲੱਗੀ ਪਈ ਹੈ, ਅੱਗ ਲੱਗੀ ਪਈ ਹੈ। ਹੋਇਆ ਕੀ ਕੁਝ ਮੈਨੂੰ ਵੀ ਦੱਸ। ਹੁਣ ਮੱਛੀ ਚ 1000 ਰੁਪਇਆ ਖੋਟ ਗਿਆ। ਮੱਛੀ ਚ 1000 ਰੁਪਇਆ ਖੋਟ ਗਿਆ। 1000 ਰੁਪਇਆ ਖੋਟ ਗਿਆ ਜੀ ਆ। ਹੁਣ ਮੈਂ ਕਿਦੋਂ ਲੈ ਕੇ ਆਵਾਂ? ਕਿੰਨੀ ਭਲਾ 1000 ਹੈ ਹਾਏ ਪਿੱਤੇ 1000 ਰੁਪਇਆ ਦੇ ਬਤਰੀਆਂ ਨੂੰ ਵਧਾ ਦੇ। ਖਾਣੇ ਤੇ ਟੈਨਸ਼ਨ ਨਹੀਂ ਲੈਣੀ। ਹਾਏ ਹਾਏ ਜਾ ਬੰਦਾ ਮਰੇ ਕੀ ਕਰੇ। ਓਏ ਸਗਲ ਸੁਣ ਬਾਕੀ ਸਮਾਨ ਲਿਆ ਦਿੱਤਾ ਹੀ ਅੱਬਾ ਜੀ? ਬਾਕੀ ਸਮਾਨ ਲੈ ਕੇ ਆ ਗਿਆ। ਅੱਛਾ ਤਿਆਰ ਹੁੰਦਾ ਪਿਆ ਗੋਸ਼ਤ ਵੀ ਹਰ ਸ਼ਾਇ ਕਿਰੋਣਾ ਮੱਛਲੀ ਚ ਖੋਟ ਗਿਆ 1000 ਰੁਪਇਆ। ਦਰਿਆਈ ਮੱਛਲੀ ਲੈ ਕੇ ਵੀ ਦਰਿਆਈ ਮੱਛਲੀ ਇੱਕ ਨੰਬਰ ਮੱਛਲੀ ਆਈ ਬੱਬਾ। ਹੁਣ ਮੈਂ ਜਾਂਦਾ ਪਿਆ ਬੰਦਾ ਕੀ ਕਰੇ ਮਰੇ। ਖਾਣੇ ਤੇ ਟੈਨਸ਼ਨ ਨਹੀਂ ਲੈਣੀ, ਐਸਾ ਖਾਣਾ ਤੁਸੀਂ ਉਂਗਲੀਆਂ ਚੱਟਦੇ ਰਹਿ ਜਾਓਗੇ। ਉਹ ਕੁਸ਼ੀਆ ਬਿਰਾ ਇਸੇ ਖਾਣੇ ਦੀ ਤਾਂ ਤਰੀਫ ਸੁਣ ਕੇ ਅਸੀਂ ਆ ਬੈਠੇ ਆ। ਕਿਰਲੀ ਬਰਾ ਐਸਾ ਸੁਵੀਲਾ ਖਾਣਾ ਪੱਕੇਗਾ ਨਾ, ਐਸਾ ਸੁਵੀਲਾ ਖਾਣਾ ਕਿ ਤੂੰ ਯਾਦ ਕਰੇਗਾ ਕਿ ਭਰਾ ਕਰੋ ਕੁਝ ਖਾ ਕੇ ਆਇਆ। ਉਹ ਖੁਸ਼ੀਆ ਵੀਰਾ ਇਹ ਮੁੱਕੋ ਧੀ ਦੀ ਤਾਰੀਫ ਸੁਣ ਕੇ ਤਾਂ ਆਏ ਬੈਠੇ। ਇਹ ਤਾਰੀਫ ਤਾਂ ਸਾਨੂੰ ਆਜ਼ਾਦ ਤੇ ਚਾੜੀ ਖਲੀ ਏ। ਹੁਣ ਕੀ ਮੌਤ ਪੈ ਗਈ? ਐਸਾ ਕਿ ਨਿੱਕੀ ਸੇਰ ਵਾਲਾ ਬਟੇਰ ਹੋਵੇ। ਹਾਂ ਉਹ ਬਟੇਰੇ ਨੂੰ ਹੀ ਅੱਗ ਲੱਗੀ ਪਈ ਏ। ਫਿਰ ਕੀ ਹੋਇਆ? ਇਤਨੀ ਮਹਿੰਗਾਈ ਕੀਤੀ ਬੈਠਾ ਏ ਬਟੇਰੇ ਵਾਲਾ, 1200 ਰੁਪਇਆ ਖੋਟ ਗਿਆ ਬਟੇਰੇ ਆ ਚ। ਚਵਲ ਜੀ ਨਾ ਉਹ ਮਹਿਮਾਨ ਕੀ ਆਖਣ, ਤੇਰੇ ਕੋਲ ਵਧੇ ਪੈਸੇ ਕੋਈ? ਅੱਬਾ ਸਾਰੇ ਲਾ ਕੇ ਤਾਂ ਆਇਆ ਖਾਣਾ। ਐ 1000 1200 ਵਧੇ ਕੋਈ? ਹਾਂ ਜੀ ਮੇਰੇ ਕੋਲ ਤਾਂ 1000 ਰੁਪਇਆ ਹੈ। ਉਹ ਛੋਟੂ ਪੁੱਤਰ ਤੇਰੇ ਕੋਲ ਕੋਈ ਵਧਾ ਦੋ ਦੇਖ ਲੈਨੇ ਆ। ਹੇ ਬਲਕੇ ਹੇ ਹੇ ਦੇ ਪੁੱਤਰ ਵੀਰਾ ਨੂੰ ਦੇ ਪਰਾਂ ਤੇਰੇ ਚਾਚੇ ਦਾ ਘਰ ਹੈ। ਚਿਣਗੇ ਬਟੇਰੇ ਲੈ ਕੇ ਵੀ ਚਿਣਗੇ ਆਏ ਹਾਏ ਅੱਬਾ ਚਿਣਗੇ ਉਸ ਅੱਬਾ। ਹਾਂ ਇਹ ਬਾਰ ਬਾਰ ਆਵਣ ਜਾਵਣ ਛੱਡੋ। ਹੋਰ ਕੀ ਹੋਇਆ? ਮੈਨੂੰ ਲੱਗਦਾ ਚਾਵਲਾਂ ਚ ਹੀ ਖੋਟ ਜਾਵਣੇ। ਕੀ ਕਰੀਏ ਇੰਨੀ ਮੰਗਾਈ ਹੈ, ਇੱਥੇ ਚਾਵਲ ਛੁਆਰੇ ਗ੍ਰਾਹਕ ਹਰ ਸ਼ਾਵੇ ਪਾਉਣੀ, ਬਦਾਮ ਹੀ ਤਾਂ ਪਾਉਣੇ ਨੇ ਆਏ ਹਾਏ ਹਾਏ। ਤੇ ਮੇਰੇ ਅੰਦਰ 500 ਰੁਪਇਆ ਉਹ ਵੀ ਲੱਗਸੀ। ਬੜੀ ਮੰਗਾਈ ਏ, 150 ਰੁਪਏ ਕਿਲੋ ਤਾਂ ਛੋਟਾ ਚਾਵਲ ਨੇ। ਓਏ ਬੜੀ ਮੰਗਾਈ ਹੋ ਗਈ, ਹੁਣ ਕੱਚੀ ਬਾਸਪਤੀ ਵੀ ਮੰਗੀ ਹੋ ਗਈ ਨੇ। ਹਾਏ ਹਾਏ ਕਿੰਨੀ ਭਲਾ ਉੱਪਰ ਕਨਾਤ ਇਤਨੀ ਮੰਗੀ ਹੋ ਗਈ। 500 ਹੈ ਤੁਹਾਡੇ ਕੋਲ? ਹੋਰ ਓਏ ਹਾਂ ਤਾਂ ਦੇ ਬਾਹ ਖਾਲੀ ਹੋ ਗਈਆਂ। ਓਏ ਛੋਟੂ ਬੋਲ ਤੇਰੇ ਕੋਲ ਏ? ਮੇਰੇ ਕੋਲ ਹੈ ਚਾਚਾ ਜੀ। ਉਠੀ ਵੀਰਾ ਨੂੰ ਦੇ ਖੰਦੀਰ ਆ ਵੀਰਾ ਚਾਚਾ ਜਲਦੀ ਲੈ ਕੇ ਸਮਾਨ। ਅੱਬਾ ਹੁਣ ਚਾਵਲ ਵੀ ਬਟੇਰੇ ਐਸਾ ਖਾਣਾ ਭੁੱਖੋ ਪਿਆਰੀ ਭੈਣ ਤਿਆਰ ਕਰੇ ਸੀ ਨਾਲ ਇਮਾਨ ਦੇ, ਇਹ ਖਾਣੇ ਦੇ ਨਾਲ ਅੰਗਲੀਆਂ ਹੀ ਖਮਸੇ ਅੰਗਲੀਆਂ ਜੋੜ ਕੇ ਹੱਥ ਹੀ ਖਾ ਜਾ। ਮੈਂ ਹੁਣ ਕੀ ਆ ਤਿਆਰ
जल्दी ले के हुन कोई चीज ना खुटे काशा ही अब्बा नहीं खुटन देता मैं ओ चाचा जी हुन तो मैं जेब च खाली हो गया कोई गल नहीं खान ओए हाय हाय ऐसा खाना खाओगे सारी जिंदगी याद रखोगे और भाई और इन पैसे कोड़े कोड़े अच्छा चलो बाबू ले के सामान खाना हो रहा तैयार होंदा पिया आवे जल्दी हाय 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 खाना ते मैं कने पूछी ना ओए तारीफ तो बोल के आया है दूर पड़ दीती है ऐसा खाना तुसी पहले कभी नहीं खादा होना हां आ खाना तैयार है पता कर मेरा पुत्र और पैसे ना मांगे अब्बा जी खाना रेडी है अच्छा बीबी बना देता जा पता कर खाने दा अच्छा हां गले खाने की टेंशन नहीं लेनी रज के खाना तुसी सारे ने रज के खाना खाना है हां खाना तैयार है अब्बा जी मुको बैठ खाना तैयार करके डिशा सजा छोड़या बिल्कुल मुकम्मल तैयार है खाना खाने ने लिया के दे ते खाना तुसी खान दी करनी ओ क्यों ऐ साडे हमसाया दा एक बंदा पोला पागल ते कमला जिया दिमागो फर्क है जेड़ा खाना खांदा पे होवे ना ओ तो सिर पाड़ देंदा हां अजय सिद्धे वो उतरने दे हाथ दो आ हाँ जल्दी से खाने ही लाया ते मुको दी खाने ही लाया आ जल्दी से धो धो ने दे हाथ हाथ अपन जी तुसी ओवे की रखो बोलन जल्दी हाथ धो जल्दी बोला खाना खान दी करनी तुसी लाया जल्दी लाया खाना लाया जल्दी धो धो जल्दी करो जल्दी हां खाना लाया लाया मेरा पुत्र जल्दी लाया बस तुसी खाना खान भी करनी ओकर दे ओ पागल कमला ना आ जावे ओ यार आ गया जल्दी आगे आगे खाना ए रख रख ए रख ए देख आए हाय हाय मेरे से पटड़ियां नहीं तुसी खाना खा के देखो इतना मैं मजेदार खाना बनाया सारी जिंदगी याद रखोगे चलो तुसी रज के खाना वाना खाओ Yeah.